ਸੁਮਰ ਜੀ, ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਜਿਹੜੇ ਸਾਡੇ ਕਬੱਡੀ ਖਿਡਾਰੀ ਦੇ ਕਤਲ ਦੀ ਜੇਕਰ ਗੱਲ ਕਰੀਏ ਤਾਂ ਜਿਹੜਾ 14 ਮਾਰਚ ਨੂੰ ਹੋਇਆ ਸੀਗਾ ਸੰਦੀਪ ਨੰਗਲ ਅੰਬੀਆਂ ਦਾ, ਤਾਂ ਉਹਨਾਂ ਦੀ ਕਤਲ ਦੇ ਵਿੱਚ ਤੁਹਾਡਾ ਯਾਨੀ ਕਿ ਸਨੋਵਰ ਢਿੱਲੋਂ ਹੋਣਾ ਦਾ ਨਾਮ ਆਉਂਦਾ ਹੈ, ਕੀ ਕਹਿਣਾ ਚਾਹੁੰਦੇ ਹੋ? ਕਿਵੇਂ ਤੁਹਾਡਾ ਉਸ ਕਤਲ ਦੇ ਵਿੱਚ ਨਾਮ ਆਇਆ ਔਰ ਤੁਹਾਡਾ ਕੀ ਪੱਖ ਹੈ? ਜੀ, ਪਹਿਲੀ ਗੱਲ ਤਾਂ ਇਹ ਕਿ ਮੈਂ ਅੱਜ ਸੁਬਹ ਜਿਹੜੀ ਨਿਊਜ਼ ਫਲੈਸ਼ ਹੋਈ ਹੈ ਸੁਣੀ ਆ, ਸੋ ਮੇਰਾ ਇਸ ਕਤਲ ਦੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੋਈ ਵੀ ਸੰਬੰਧ ਜਿਹੜਾ ਵਾ ਉਹ ਨਹੀਂ ਹੈਗਾ। ਜੀ ਨਾ ਹੀ ਮੇਰਾ ਇਹਨਾਂ ਗੈਂਗਸਟਰ ਦੇ ਨਾਲ ਕੋਈ ਸੰਬੰਧ ਆ, ਨਾ ਮੈਂ ਕਦੀ ਇਹਨਾਂ ਨੂੰ ਫੋਨ ਤੇ ਗੱਲ ਕੀਤੀ ਆ, ਨਾ ਮੈਂ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਕਦੀ ਮਿਲਿਆ ਵਾ, ਨਾ ਇਹ ਮੈਨੂੰ ਮਿਲੇ ਨੇ। ਮੇਰਾ ਇਹਨਾਂ ਦਾ ਦੂਰ ਦੂਰ ਤੱਕ ਦਾ ਕੋਈ ਸੰਬੰਧ ਨਹੀਂ ਹੈਗਾ। ਜੀ ਹਾਂ, ਇਹ ਜ਼ਰੂਰ ਹੈਗਾ ਕਿ ਅੱਜ ਤੋਂ 4-5 ਮਹੀਨੇ ਪਹਿਲਾਂ ਅਸੀਂ ਇੱਕ ਕਬੱਡੀ ਦੀ ਇੱਕ ਕਲੱਬ ਜਿਹੜੀ ਆ ਇੱਥੇ ਬਣਾਈ ਸੀਗੀ, ਨਿਰਵੈਰ ਸਪੋਰਟਸ ਐਂਡ ਕਲਚਰ ਕਲੱਬ, ਔਰ ਅਸੀਂ ਫੈਡਰੇਸ਼ਨ ਨੂੰ ਅਪੀਲ ਕੀਤੀ ਸੀਗੀ ਕਿ ਅਸੀਂ ਉਹ ਫੈਡਰੇਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਔਰ ਅਸੀਂ ਨਾ ਜ਼ਿੰਦਗੀ ਦੇ ਵਿੱਚ ਕਦੀ ਵੀ ਪਹਿਲਾਂ ਕਬੱਡੀ ਚ ਇਨਵੋਲਵ ਹੋਏ ਆ, ਨਾ ਸਾਨੂੰ ਪਲੇਅਰਾਂ ਦਾ ਪਤਾ ਵਾ ਵੀ ਕੌਣ ਕੌਣ ਹੈਗਾ, ਕੌਣ ਕਿਹਦੇ ਨਾਲ ਖੇਡਦਾ ਕਿਹਦੇ ਨਾਲ ਨਹੀਂ ਖੇਡਦਾ। ਕੋਈ ਫੈਡਰੇਸ਼ਨ ਇੱਥੇ ਦੋ ਹੋ ਗਿਆ, ਅਸੀਂ ਨਵੀਂ ਫੈਡਰੇਸ਼ਨ ਦੇ ਨਾਲ ਚਲੇ ਗਏ, ਉਹ ਜਿਹੜੀ ਨਵੀਂ ਫੈਡਰੇਸ਼ਨ ਆ ਉਹ ਬਣਾਉਣ ਦੇ ਵਿੱਚ ਸਾਡਾ ਕੋਈ ਹਿੱਸਾ ਨਹੀਂ, ਨਾ ਕੋਈ ਸਾਡੀ ਗੱਲਬਾਤ ਉਹਦੇ ਨਾਲ। ਸਿਰਫ ਅਸੀਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਠੀਕ ਹੈ ਕਿ ਤੁਸੀਂ ਸਾਡੀ ਕਲੱਬ ਪਾ ਲਓ। ਅਜੇ ਟੂਰਨਾਮੈਂਟ ਇੱਥੇ ਕੈਨੇਡਾ ਦੇ ਵਿੱਚ ਹੋਏ ਸੀਗੇ ਔਰ ਇਹ ਮਾੜੀ ਘਟਨਾ ਜਿਹੜੀ ਹੈ ਵਾਪਰ ਗਈ, ਔਰ ਨਾ ਅਸੀਂ ਅਜੇ ਕੋਈ ਟੀਮ ਬਣਾਈ ਆ, ਨਾ ਅਸੀਂ ਕਿਸੇ ਕਬੱਡੀ ਪਲੇਅਰ ਨੂੰ ਪੁੱਛ ਸਕਦੇ ਹੋ ਤੁਸੀਂ ਕਿ ਅਸੀਂ ਕਦੀ ਕਿਸੇ ਨੂੰ ਸਾਡੇ ਵੱਲੋਂ ਕੋਈ ਧਮਕੀ ਗਈ ਹੋਵੇ ਜਾਂ ਕਿਸੇ ਨੂੰ ਕੋਈ ਫੋਨ ਲੱਗਾ ਹੋਵੇ ਵੀ ਅਸੀਂ ਕਿਹਾ ਹੋਵੇ ਵੀ ਸਾਡੇ ਨਾਲ ਖੇਡੋ। ਅਸੀਂ ਅਜੇ ਪਲੇਅਰ ਜਿਹੜੇ ਨੇ ਉਹਨਾਂ ਦੀ ਲਿਸਟ ਬਣਾ ਰਹੇ ਸੀਗੇ ਕਿ ਕਿਹੜਾ ਕਿਹੜਾ ਪਲੇਅਰ ਜਿਹੜਾ ਵਾ ਉਹ ਲੈਣਾ ਵਾ, ਔਰ ਅਸੀਂ ਅੱਜ ਵੀ ਇਸ ਜਿਹੜਾ ਕਤਲ ਹੋਇਆ ਵਾ ਸੰਦੀਪ ਨੰਗਲ ਅੰਬੀਆਂ ਦਾ ਉਹਦੀ ਨਿਖੇਧੀ ਕਰਦੇ ਹਾਂ, ਔਰ ਪੁਲਿਸ ਜਿਹੜੀ ਆ ਅਸੀਂ ਬੇਨਤੀ ਕਰਾਂਗੇ ਕਿ ਆਪਣੀ ਜਾਂਚ ਜਿਹੜੀ ਆ ਉਹ ਮੁਕੰਮਲ ਕਰ ਦੇਵੇ। ਬਾਕੀ ਅਸੀਂ ਆਪਣੇ ਲਾਇਰਾਂ ਨਾਲ ਗੱਲ ਆਲਰੇਡੀ ਸ਼ੁਰੂ ਕਰ ਦਿੱਤੀ ਆ, ਜਿਹੜੇ ਸਾਡੇ ਨਾਮ ਦੇ ਉੱਪਰ ਇਹ ਧੱਬਾ ਲਗਾਉਣ ਦੀ ਕੋਸ਼ਿਸ਼ ਕਿਹਦੇ ਕਹਿਣ ਤੇ ਹੋ ਰਹੀ ਆ, ਇੱਕ ਨੇ ਸਾਡਾ ਨਾਮ ਕਹਿ ਕੇ ਘੁਮਾਇਆ ਵਾ ਇਹ ਪਤਾ ਲੱਗ ਜਾਏਗਾ। ਕਿਉਂਕਿ ਦੇਖੋ ਅਸੀਂ ਬੜੇ ਲੰਬੇ ਅਰਸੇ ਤੋਂ ਰੇਡੀਓ ਟੀਵੀ ਕਰਦੇ ਹਾਂ ਔਰ 1.5 ਸਾਲ ਰੇਡੀਓ ਕੀਤਾ ਵਾ, ਬਥੇਰੇ ਜਿਹੜੇ ਨੇ ਸਮਾਜ ਦੇ ਪੱਖ ਅਸੀਂ ਚੱਕੇ ਨੇ, ਸੋ ਕਿਹਨੂੰ ਸਾਡੇ ਨਾਲ ਕੋਈ ਵੈਰ ਵਿਰੋਧ ਕੱਢਣ ਦੀ ਕੋਸ਼ਿਸ਼ ਕਿਸ ਨੇ ਕੀਤੀ ਆ, ਇਹ ਹੁਣ ਸਾਡੀ ਲਾਇਰਸ ਦੀ ਟੀਮ ਜਿਹੜੀ ਆ ਉਹ ਆਪਣਾ ਜਿਹੜਾ ਵਾ ਉਹ ਕੰਮ ਕਰੇਗੀ, ਔਰ ਮੀਡੀਆ ਦੇ ਕਾਨੂੰਨ ਦੇ ਉੱਪਰ ਸਾਨੂੰ ਪਹਿਲਾਂ ਵੀ ਬਹੁਤ ਜ਼ਿਆਦਾ ਭਰੋਸਾ ਸੀਗਾ, ਅੱਜ ਵੀ ਬਹੁਤ ਜ਼ਿਆਦਾ ਭਰੋਸਾ ਵਾ ਕਿ ਅਸੀਂ ਇਸ ਗੱਲ ਦੀ ਤਹਿ ਤੱਕ ਜਾਵਾਂਗੇ ਕਿ ਜੇਕਰ ਸਾਡਾ ਨਾਂ ਇਸ ਮਾੜੀ ਘਟਨਾ ਦੇ ਵਿੱਚ ਆਉਣ ਦਾ ਰੀਜ਼ਨ ਕੀ ਆ, ਔਰ ਕਿਉਂ ਸਾਡਾ ਨਾਂ, ਕਿਉਂ ਸਾਡੀ ਬਦਨਾਮੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਕਿਸ ਦੇ ਕਹਿਣ ਤੇ ਕੀਤੀ ਜਾ ਰਹੀ ਹੈ ਖਾਸ ਕਰਕੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਇਹ ਆਉਣ ਵਾਲਾ ਸਮਾਂ ਆਪਣੇ ਆਪ ਕਲੀਅਰ ਕਰ ਦੇਵੇਗਾ, ਪਰ ਮੈਂ ਇੱਕ ਵਾਰ ਫੇਰ ਬੜਾ ਕਲੀਅਰਲੀ ਕਹਿਣਾ ਚਾਹੁੰਦਾ ਵਾ ਕਿ ਸਿੱਧੇ ਔਰ ਅਸਿੱਧੇ ਤੌਰ ਦੇ ਉੱਪਰ ਨਾ ਇਹਨਾਂ ਗੈਂਗਸਟਰ ਦੇ ਨਾਲ ਔਰ ਨਾ ਇਸ ਕਤਲ ਦੇ ਵਿੱਚ ਸਾਡਾ ਕੋਈ ਹੱਥ ਜਾਂ ਹਿੱਸਾ ਦੂਰ ਦੂਰ ਤੱਕ ਨਹੀਂ ਹੈਗਾ, ਔਰ ਕਬੱਡੀ ਦੀ ਖੇਡ ਨੂੰ ਜਿਹੜਾ ਵਾ ਪਿਆਰ ਕਰਦੇ ਆ ਔਰ ਸਾਰੇ ਪਲੇਅਰਾਂ ਦਾ ਸਨਮਾਨ ਕਰਦੇ ਆ ਔਰ ਪਰਿਵਾਰ ਦੇ ਨਾਲ ਅੱਜ ਵੀ ਅਫਸੋਸ ਕਰਦੇ ਆ ਵੀ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਇਲੈਂਸ ਦੇ ਬਿਲਕੁਲ ਖਿਲਾਫ ਆ ਵੀ ਨਾ ਅਸੀਂ ਇਹੋ ਜਿਹੇ ਵਾਇਲੈਂਸ ਇਨਵੋਲਵ ਹੁੰਦੇ ਆ ਔਰ ਨਾ ਹੀ ਕਦੀ ਹੋਏ ਆ, ਅੱਜ ਤੱਕ ਨਹੀਂ ਹੋਏ। ਪਰ ਸਨੋਵਰ ਜੀ ਨਾਮ ਆਉਣਾ ਇੱਕ ਸਾਡੇ ਲਈ ਬੜਾ ਸ਼ੌਕਿੰਗ ਆ ਜੀ, ਪਰ ਸਨੋਵਰ ਜੀ ਜੇਕਰ ਮੈਂ ਗੱਲ ਕਰਾਂ ਤਾਂ DGP ਹੁਣਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫਤਿਹ ਸਿੰਘ ਨਾਮ ਦਾ ਜਿਹੜਾ ਦੋਸ਼ੀ ਹੈ ਉਹਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਬਣਾਈ ਸੀ ਤੇ ਉਹਦੇ ਵਿੱਚ ਜਿਹੜੇ ਨਾਮੀ ਖਿਡਾਰੀ ਉਹ ਚਲਾਉਣਾ ਮਤਲਬ ਬੁਲਾਉਣਾ ਚਾਹੁੰਦੇ ਸੀ, ਪਰ ਮ੍ਰਿਤਕ ਸੰਦੀਪ ਵੱਲੋਂ ਚਲਾਏ ਜਾ ਰਹੇ ਮੇਜਰ ਲੀਗ ਕਬੱਡੀ ਨਾਲ ਜੁੜੇ ਹੋਣ ਕਰਕੇ ਸਨੋਵਰ ਦੀ ਫੈਡਰੇਸ਼ਨ ਜਿਹੜੀ ਹੈ ਉਹ ਅਸਫਲਤਾ ਦੇ ਵੱਲ ਜਾ ਰਹੀ ਸੀ ਤੇ ਫਤਿਹ ਨੇ ਕਬੂਲਿਆ ਕਿ ਉਸਨੇ ਕੁਝ ਖਿਡਾਰੀਆਂ ਤੇ ਸਨੋਵਰ ਫੈਡਰੇਸ਼ਨ ਵਿੱਚ ਸ਼ਾਮਿਲ ਹੋਣ ਦੇ ਲਈ ਦਬਾਅ ਪਾਇਆ ਸੀ, ਉਸ ਬਾਰੇ ਕੀ ਕਹਿਣਾ? ਦੇਖੋ ਪਹਿਲੀ ਗੱਲ ਤੇ ਗੱਲ ਇੱਥੇ ਗਲਤ ਹੋ ਜਾਂਦੀ ਹੈ ਕਿ ਜਿਹੜੀ ਨੈਸ਼ਨਲ ਫੈਡਰੇਸ਼ਨ ਆਫ ਓਨਟਾਰੀਓ ਸਨੋਵਰ ਨੇ ਨਹੀਂ ਬਣਾਈ, ਠੀਕ ਹੈ ਜੀ। ਜੀ ਸਨੋਵਰ ਦੀ ਸਿਰਫ ਇੱਕ ਕਲੱਬ ਆ, ਉਸ ਫੈਡਰੇਸ਼ਨ ਦਾ ਹਿੱਸਾ ਵਾ ਸਨੋਵਰ ਨੇ, ਕੋਈ ਕਲੱਬ ਨਹੀਂ ਬਣਾਈ। ਦੂਸਰੀ ਗੱਲ ਇਹ ਇਸ ਗੈਂਗਸਟਰ ਨੇ ਫਤਿਹ ਨੇ ਨਾਮ ਲਿਆ ਵਾ ਔਰ ਕਿਸਦੇ ਕਹਿਣ ਦੇ ਉੱਪਰ ਲਿਆ ਵਾ ਇਹ ਸਮਾਂ ਦੱਸੇਗਾ, ਪੁਲਿਸ ਦੀ ਇਨਵੈਸਟੀਗੇਸ਼ਨ ਦੱਸੇਗੀ, ਜਦੋਂ ਸਾਡੇ ਲਾਇਰ ਕੋਰਟ ਜਾਣਗੇ ਪਤਾ ਲੱਗ ਜਾਏਗਾ। ਪਰ ਮੈਂ ਫੇਰ ਇੱਕ ਵਾਰ ਵਾਜੇ ਤੌਰ ਤੇ ਕਲੀਅਰ ਕਰ ਦਿੰਦਾ ਗੱਲ ਕਿ ਫਤਿਹ ਨਾਮ ਦੇ ਗੈਂਗਸਟਰ ਦੇ ਨਾਲ ਨਾ ਤਾਂ ਕਦੀ ਮੇਰੀ ਗੱਲ ਹੋਈ ਆ, ਨਾ ਮੈਂ ਉਹਨੂੰ ਜਾਣਦਾ ਵਾ, ਨਾ ਉਹ ਮੈਨੂੰ ਜਾਣਦਾ ਵਾ, ਪਰ ਉਹਨੇ ਕਿਸਦੇ ਕਹਿਣ ਦੇ ਉੱਪਰ ਮੇਰਾ ਨਾਮ ਲਿਆਤਾ ਵਾ ਇਹ ਮੈਨੂੰ ਨੀ ਪਤਾ, ਔਰ ਨਾ ਹੀ ਮੈਂ ਕਦੀ ਫਤਿਹ ਨੂੰ ਫਤਿਹ ਕੀ ਕਿਸੇ ਨੂੰ ਵੀ ਇਹ ਗੱਲ ਨਹੀਂ ਇੰਡੀਆ ਦੇ ਵਿੱਚ ਕਹੀ ਕਿ ਮੇਰੀ ਖਾਤਰ ਤੁਸੀਂ ਮੇਰੀ ਕਲੱਬ ਦੀ ਖਾਤਰ ਕਿਸੇ ਪਲੇਅਰ ਨੂੰ ਫੋਨ ਲਾ ਕੇ ਧਮਕੀ ਦਵੋ।
और मैं अज भी एक दावे ना देना वा कि पुलिस या कोर्ट कभी भी मेनू साबित कर दे मैं सारी कम्युनिटी सारी कबड्डी का देनदार होऊंगा कि जे मेरा कितने भी इस कतल दे विच लिंक साबित हो जाए। जी ते उन्हां दा कहना कि जे गैंग दे केस दे गैंग दे नाम लै रहा वा अपने आप के मेरे लिए भी शॉकिंग आ। सो लॉयरां दी टीम जिहड़ी असीं हायर करांगे वह भी अपने तौर पर केस नूं इनवैसटीगेट करेगी देखेगी उस तों बाद जिहड़ा वा ज्यादा असीं इस दे बारे कोई तुहानूं जिहड़ी आ फीडबैक दे सकांगे। जी अच्छा जेकर गल करा तो दविंदर बंबीहा ग्रुप का नाम भी आया जिन्ह ने कतल की जिम्मेवारी ली सी ते लॉरेंस बिश्नोई नूं जिहड़ी धमकी दित्ती सी की इहदी साइड तो किवें देखदे हो फिर तुसीं इहनूं? देखो ਤੁਸੀਂ ਹੁਣ ਸਾਡਾ 26 ਸਾਲ ਦਾ ਰੈਕਰਡ ਕਲੀਅਰ ਕਰ ਲਓ ਸਾਡੀ ਫੇਸਬੁੱਕ ਦੇਖ ਲਓ ਜਾਂ ਤੁਸੀਂ ਸਾਡੇ ਪੁਰਾਣੇ ਰੇਡੀਓ ਸੁਣ ਲਓ ਟੀਵੀ ਸੁਣ ਲਓ ਜਾਂ ਪਹਿਲੇ ਤੁਸੀਂ ਪਤਾ ਕਰ ਲਓ ਕਿ ਅਸੀਂ ਤਾਂ ਕਹਿੰਦੇ ਹਾਂ ਕਿ ਥੋਰਲੀ ਇਨਵੈਸਟੀਗੇਸ਼ਨ ਪੁਲਿਸ ਕਰੇ ਇਹਦੇ ਉੱਪਰ ਔਰ ਸਾਡਾ ਕਦੀ ਵੀ ਇਹਨਾਂ ਜਿਹੜੇ ਨਾਂ ਤੁਸੀਂ ਲੈ ਰਹੇ ਹੋ ਦਵਿੰਦਰ ਬੰਬੀਹਾ ਗਰੁੱਪ ਲਾਰੈਂਸ ਬਿਸ਼ਨੋਈ ਜਾਂ ਇਹਨਾਂ ਦੇ ਨਾਲ ਕਦੀ ਵੀ ਤਲਕ ਰਿਹਾ ਹੋਵੇ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਕਦੀ ਵੀ ਰਿਹਾ ਹੋਵੇ ਇਹ ਨਹੀਂ ਕਿ ਅੱਜ अपना नाम इस पक्षो हटाउण दे लई इक पासे तो तुसी कह रहे हो कि असीं तुसी लॉयर हायर करूंगे ते होर की कहना चाहुंदे हो तुसी कि किवें तुसी अपने तो ये जिहड़ा इल्जाम लग रहा उहनूं मिटाउण दी कोशिश करूंगे? देखो जी इल्जाम किसी हम जो किसी ने साडा नाम किसी के कहने पर जो लै दिता हो पुलिस ने साडा नाम इस केस के नाल जोड़ दिता वा एक गल वाजे तौर पर कहनी चाहते हैं कोर्ट की जी लड़ाई है। देखो एंड ऑफ द डे जो फैसला वा वो हर एक की बेइंसाफी इंसाफी जी इंसाफ करना कोर्ट ने और कोर्ट के उपर और इंडिया के कानून के उपर रब वर्गा विश्वास आ और केस अपना पूरा लड़ांगे और उम्मीद करते हैं कि जे असी गलत है ही नहीं गे कोर्ट सानू इंसाफ जरूर देगा और साडा नाम बिल्कुल क्लीयर जिदा पहला हैगा वा उस तरह पुलिस क्लीयर रहेगा और असी अज भी एक बार फिर एक गल कहना वा ये नहीं कि इन्हां दे गैंग दे नाल किसी भी गैंग दे नाल साडा संबंध बिल्कुल भी नहीं हैगा। जी स्नोवर जी जी